ਜਿੱਥੇ ਜੰਗ ਹੋ ਸਕੇ ਸਾਨੂੰ ਉਹ ਦੱਸ
ਇਮਰਾਨੀ ਖਾਨ ਨੇ ਮਹਾਰਾਜ ਜੰਗ ਜਿੱਤਿਆ ਜਾ ਸਕਦਾ ਜਾਂ ਲੜਿਆ ਜਾ ਸਕਦਾ ਇਹ ਕਹਿਣਾ ਸਾਹਿਬ ਉਪਰ ਤੁਰਕਾਂ ਨੂੰ ਤੁਹਾਨੂੰ ਉੱਥੇ ਫਿਰ ਅਸੀਂ ਤੁਰਕਾਂ ਦੇ ਨਾਲ ਵੱਡਾ ਭਾਰੀ ਧਿਆਨ ਤੇ ਜੰਗ ਕਰਾਂਗੇ। ਇਸ ਕਰਕੇ ਜੰਗ ਮੈਦਾਨ ਛੱਡਣਾ ਸਤਿਗੁਰੂ ਕਹਿੰਦੇ ਕਿ ਸਾਡੇ ਮਨ ਨੂੰ ਵਚਨ ਚੰਗਾ ਨਹੀਂ ਲੱਗਾ। ਭਾਈ ਗੁਰੂ ਨੇ ਸਲਾਹ ਦਿੱਤੀ ਸੀ ਮਹਾਰਾਜ ਮੈਦਾਨ ਛੱਡ ਕੇ ਵਾਪਸ ਹੋਈ ਹੈ। ਸਤਿਗੁਰੂ ਕਹਿੰਦੇ ਨਹੀਂ ਭਾਈ ਇਹ ਵਚਨ ਸਾਨੂੰ ਭੁੱਲਾ ਨਹੀਂ। ਇਸ ਕਰਕੇ ਹੈ ਉਚਿਤ ਯੋਗ ਗੱਲ ਇਹ ਹੈ ਕਿ ਲੜਕੇ ਦੇ ਜਸ ਪਾਈਏ ਤੇ ਲੜਾਈ ਦੇ ਵਿੱਚ ਜਾਂ ਮਰਨਾ ਜਾਂ ਮਰਾਉਣਾ ਦੋ ਕੰਮ ਹੋ ਰਹੇ ਨੇ ਪਰ ਮਰਨ ਵਾਲੇ ਦੀ ਵੀ ਵਡਿਆਈ ਹੁੰਦੀ ਹੈ ਜਿੱਤਣ ਵਾਲੇ ਦੀ ਵੀ ਹੁੰਦੀ ਹੈ। ਇਸ ਕਰਕੇ ਅਸੀਂ ਸੰਸਾਰ ਵਿੱਚ ਹੀ ਜਸ ਪ੍ਰਾਪਤ ਕਰਨਾ ਹੈ। ਜੋਧ ਰਾਏ ਨੇ ਸੁਣੇ ਨਾ ਬਜਨ ਮਹਾਰਾਜ ਦੇ ਤੇ ਜਾਣ ਗਿਆ ਆਸ਼ਾ ਸਿਧਾਂਤ ਜਾਣ ਗਿਆ ਵੀ ਮਹਾਰਾਜ ਜੰਗ ਤੋਂ ਟਲਣ ਵਾਲੇ ਨਹੀਂ ਇਹਦੇ ਜੰਗ ਕਰਨਾ ਚਾਹੁੰਦੇ ਨੇ ਤੇ ਬਣਾਉਂਦੇ ਪਿਆ ਵੀ ਮੋਤਾ ਵਾਲੇ ਦੇ ਜੰਗ ਲੜੀਏ। ਸਤਿਗੁਰਾਂ ਦੇ ਐਸੇ ਖਿਆਲ ਜਾਣ ਕੇ ਵੀ ਸਤਿਗੁਰੂ ਜੰਗ ਕਰਨਾ ਚਾਹੁੰਦੇ ਹਨ। ਭਾਈ ਗੋਧ ਖੁਸ਼ ਹੋ ਗਿਆ ਹੱਸਣ ਲੱਗ ਪਿਆ ਤੇ ਹੱਸ ਕੇ ਮਹਾਰਾਜ ਨੂੰ ਇਸ ਤਰ੍ਹਾਂ ਕਹਿਣ ਲੱਗਾ ਤੁਹਾਡੇ ਹੱਥ ਵਿੱਚ ਸਭ ਕੁਝ ਜੋ ਤੁਸੀਂ ਚਾਹੋ ਉਹ ਕਰ ਸਕਦੇ ਤਲਵਾਰਾਂ ਨਾਲ ਮਰਨਗੇ ਜਦੋਂ ਲੱਭਿਆ ਵੀ ਉਹਨਾਂ ਨੂੰ ਪਾਣੀ ਨਾ ਲੱਭਿਆ
ਦੁਸ਼ਮਣ ਭੱਜ ਜਾਣਗੇ ਡਰ ਮੰਨ ਕੇ ਵੀ ਪਾਣੀ ਬਿਨਾਂ ਜੇ ਪਿਆਸ ਲੱਗੀ ਹੈ ਪਾਣੀ ਮਿਲਿਆ ਨਹੀਂ ਇਹਦਾ ਪੱਕਾ ਭਾਵ ਇਹ ਨੀ ਪਿੱਛੇ ਮੁੜਾਂਗੇ ਤੇ ਪਿੱਛੇ ਪਾਣੀ ਮਿਲ ਜਾਵੇਗਾ ਡਰ ਇਹ ਪੈਦਾ ਹੋ ਜਾਣਾ ਪਤਾ ਨੀ ਕਿੰਨਾ ਚਿਰ ਪਾਣੀ ਮਿਲੇ ਕਿੰਨਾ ਚਿਰ ਨਾ ਮਿਲੇ ਸਾਡੇ ਨਾਲ ਕੀ ਬਣੇਗਾ ਇਹ ਡਰ ਉਹਨਾਂ ਮੂਰਖੋਂ ਵੀ ਆਉਂਦੇ ਸਾਡੀ ਮਦਦ ਵੱਡੀ ਨਮੋਸ਼ੀ ਦੀ ਗੱਲ ਹੈ ਔਰ ਵੱਡੀ ਜਿੱਤ ਦੀ ਗੱਲ ਹੈ ਜਿਵੇਂ ਖਾਲਸੇ ਨੇ ਬਲਾਲੀ ਦੇ ਜਾਂਦੀਆਂ ਹੋਈਆਂ ਤੋਪਾਂ ਖੋਹ ਲਈਆਂ ਸਨ ਇਹੋ ਜਿਹਾ ਨੱਕ ਵੰਡਿਆ ਵੀ ਦੁਨੀਆਂ ਨੂੰ ਗੁਰੂ ਹੋਣ ਤੋਂ ਕਰ ਲੈ ਗਿਆ ਹੈ ਸੋ ਇੱਥੇ ਵਚਨ ਕਰਦਾ ਪਿਆ ਗੁਰੂ ਦਾ ਸਿੱਖ ਬੜੀ ਦਲੇਰੀ ਦੇ ਨਾਲ ਕਹਿਣ ਲੱਗਾ ਮਹਾਰਾਜ ਅਸੀਂ ਉਹਨਾਂ ਦੇ ਸ਼ਸਤਰ ਤੇ ਘੋੜੇ ਨਹੀਂ ਖੋਹਣੇ ਇਸ ਤਰ੍ਹਾਂ ਅਸੀਂ ਦੁਸ਼ਮਣਾਂ ਨੂੰ ਮਾਰ ਕੇ ਤੇ ਜੰਗ ਆਪਣੇ ਪੈਰਾਂ ਥੱਲੇ ਰੱਖਾਂਗੇ ਭਾਵ ਕੀ ਜੰਗ ਕੋਸੀ ਦਿੱਤਾ ਇਸ ਤਰ੍ਹਾਂ ਭਾਈ ਯੋਧ ਦੇ ਬੜੇ ਉਤਸ਼ਾਹ ਦੇ ਨਾਲ ਬੜੀ ਖੁਸ਼ੀ ਔਰ ਬੜੇ ਬਲ ਦੇ ਨਾਲ ਹਿੰਮਤ ਦੇ ਨਾਲ ਇਹ ਬਚਨ ਮਹਾਰਾਜ ਨੂੰ ਆਖੇ ਸੁਣ ਕੇ ਮਹਾਰਾਜ ਖੁਸ਼ ਹੋ ਗਏ ਇਸਦੇ ਬਚਨ ਦਲੇਰੀ ਵਾਲੇ ਮਹਾਰਾਜ ਜਾਣ ਗਿਆ ਵੀ ਇਹਨਾਂ ਦੇ ਮਨ ਵਿੱਚ ਹੌਸਲਾ ਡਰੇ ਨਹੀਂ ਇਹ ਵੀ ਸਾਡੇ ਵਾਂਗ ਉਤਸ਼ਾਹ ਰੱਖਦੇ ਚੜ੍ਹੇ ਸੂਰਜ ਚੜ੍ਹਦਿਆਂ ਨਾਲ ਹੀ ਇੱਥੋਂ ਮੁਰਗਿਆਂ ਨੂੰ ਚੱਲਣ ਦਾ ਹੁਕਮ
ਮਹਾਰਾਜ ਜੀ ਕਹਿੰਦੇ ਨੇ ਜੇ ਤਿਆਰੀ ਕਰ ਲੋ ਆਪਣਾ ਤੇ ਕੋਈ ਚੜ ਕੇ ਜਾਣ ਵਾਸਤੇ ਭਾਵੇਂ ਹੁਣ ਬਾਦਸ਼ਾਹ ਆਵੇ ਤੇ ਭਾਵੇਂ ਬਾਦਸ਼ਾਹ ਦੀ ਫੌਜ ਆਵੇ ਮਹਾਰਾਜ ਕਹਿੰਦੇ ਭਾਵੇਂ ਆਪ ਸ਼ਾਹ ਜਹਾਂ ਚੜ ਕੇ ਆ ਜਾਵੇ ਭਾਵੇਂ ਉਹਦੀ ਫੌਜ ਆ ਜਾਵੇ ਕਿੰਨੇ ਨੌਕਰ ਨੇ ਭਾਈ ਜੋਧ ਨੇ ਫੌਜ ਵਿੱਚ ਭਰਤੀ ਕੀਤੇ
ਇਹਦੇ ਕਿੰਨੇ ਕੁ ਭਰਾ ਨੇ, ਕਿੰਨੇ ਆਪਣੇ ਭਰਾ ਵੀ ਤਿਆਰ ਕੀਤੇ, ਆਪਣੇ ਭਰਾਵਾਂ ਨੂੰ ਕਹਿੰਦਾ ਵੀ ਅੱਜ ਮੇਰੇ ਦੇ ਮੁਸੀਬਤ ਪਈ ਆ, ਮੇਰੇ ਨਾਲ ਚੱਲੋ, ਭਰਾ ਵੀ ਆਪਣੇ ਤਿਆਰ ਕਰ ਲੈ, ਔਰ ਜਿਹੜੇ ਸਿਪਾਹੀ ਇਕੱਠੇ ਸਭ ਫੈਸੇ ਆ ਤੇ ਉਹ ਵੀ ਤਿਆਰ ਕੀਤੇ ਹਨ, ਸਾਰੇ ਨੇ ਇਕੱਠੇ ਕਰਕੇ ਇੱਕ ਥਾਂ ਤੇ ਜੰਗ ਵਾਸਤੇ ਤਿਆਰ ਕੀਤੇ ਹਨ। ਇਸ ਤਰ੍ਹਾਂ ਇਹਦੇ ਕੋਲ ਵੀ 1000 ਸੂਰਮਾ ਆਪਣੇ ਨਾਲ ਰੱਖਦਾ, 1000 ਸੂਰਮਾ ਤਿਆਰ ਕਰਕੇ ਇਹਨੇ ਵੀ ਆਪਣੇ ਕੋਲੋਂ ਘੋੜੇ ਔਰ ਬੰਦੂਕਾਂ ਤੀਰ ਤਲਵਾਰ ਜੋ ਵੀ ਇਹਦੇ ਕੋਲ ਸ਼ਸਤਰ ਸਨ ਇਹਨੇ ਵੀ ਉਹਨਾਂ ਆਪਣੇ ਸੂਰਮਿਆਂ ਨੂੰ ਦਿੱਤੇ ਹਨ। ਇਸ ਤਰ੍ਹਾਂ ਸਾਰੀ ਫੌਜ ਆਪਣੇ ਲੜਨ ਵਾਸਤੇ ਤਿਆਰ ਕੀਤੀ ਹੈ, ਗੋਲੀਆਂ ਜ਼ਰੂਰ ਦਿੱਤਾ ਗਿਆ ਬੰਦੂਕਾਂ ਚਲਾਉਣ ਵਾਸਤੇ। ਸਾਰੀ ਰਾਤ ਸਤਰਾਂ ਦੇ ਸੂਰਮੇ ਔਰ ਭਾਈ ਯੋਧ ਦੇ ਸੂਰਮੇ ਜਿਹੜੇ ਤਿਆਰੀ ਕਰਦੇ ਰਹੇ ਹਨ, ਤੀਰਾਂ ਦਾ ਪੱਥਾ ਭਰਿਆ ਹੋਇਆ ਮਹਾਰਾਜ ਨੇ ਮਰਵਾ ਕੇ ਆਪਣੇ
ਪੀਰਾਂ ਦੇ ਉੱਪਰ ਵੀ ਭਾਈ ਹੀਰੇ ਤੇ ਮੋਤੀ ਲੱਗੇ ਹੋਏ ਹਨ।
ਇਹ ਮਨੁੱਖਾਂ ਦੇ ਵੱਸ ਦੀ ਗੱਲ ਹੀ ਨਹੀਂ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਕੋਈ ਸਾਹਮਣਾ ਕਰੇ, ਕੋਈ ਯਤਨ ਕਰ ਸਕਦਾ ਹੋਵੇ। ਜੇ ਕਿਤੇ ਦੇਵਤਾ ਆ ਜਾਵੇ ਨਾ, ਦੇਵਤਿਆਂ ਦਾ ਰਾਜਾ ਇੰਦਰ ਆ ਜਾਵੇ ਆਪਣੇ ਸਵਰਗਾਂ ਦੀ ਫੌਜ ਲੈ ਕੇ, ਆਪਣੇ ਸਾਰੇ ਦੇਵਤੇ ਲੈ ਕੇ ਜੇ ਆ ਜਾਵੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਜੰਗ ਕਰਨ ਵਾਸਤੇ, ਤੇ ਕਹਿਣ ਲੱਗੇ ਵੀ ਇਹ ਜਿਹੜਾ ਦੇਵਤਾ ਇੰਦਰ ਹੈ ਨਾ, ਇਹਦੀ ਸਾਰੇ ਆਪਣੇ ਦੇਵਤੇ ਪਰਿਵਾਰ ਹੈਗਾ ਮਹਾਰਾਜ ਦੇ ਕੋਲੋਂ, ਜੰਗ ਉਹਦੇ ਤੋਂ ਵੀ ਫਤਿਹ ਨਹੀਂ ਹੋ, ਇਹਦੀ ਸਮਰੱਥਾ ਮਹਾਰਾਜ ਰੱਖਦੇ ਹਨ। ਸ੍ਰੀ ਹਰਗੋਬਿੰਦ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਸਾਰੇ ਭਜਨ ਵਾਲੇ ਹਨ। ਸਤਿਗੁਰੂ ਸਦਾ ਹੀ ਸਹਾਇਤਾ ਕਰਦੇ ਹੋ, ਇਹ ਗੁਰੂ ਦੇ ਪੁੱਤ ਕਰੇ ਤੇਰੇ ਮਨ ਵਿੱਚ ਇਹ ਨਾ ਜਾਵੇ ਕਿ ਬਾਦਸ਼ਾਹ ਨਾਲ ਜੰਗ ਕਰਾਂਗਾ, ਬਾਦਸ਼ਾਹ ਮੇਰੀ ਧਰਤੀ ਖੋਲੇਗਾ, ਮੇਰਾ ਰਾਜ ਖੋਲੇਗਾ, ਨਹੀਂ ਬਾਦਸ਼ਾਹ ਨਹੀਂ ਕੁਝ ਹੋ ਸਕਦਾ, ਇਹ ਸਤਿਗੁਰੂ ਪ੍ਰਸੰਨ ਨੇ, ਤੈਨੂੰ ਸਭ ਕੁਝ ਪ੍ਰਾਪਤ ਹੋਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੋਏ ਪ੍ਰਸੰਨ ਜਿਸਤੇ ਗੁਰ ਪਿਖੈ, ਨਿਜ ਕੁਲ ਕੋਲ ਨਿਹਾਲਣ ਕਰੀ ਹੈ, ਆਪਣੀ ਕੁਲ ਦਾ ਵੀ ਧਿਆਨ ਰੱਖਣਾ, ਜੰਗ ਬਦਾਨ ਛੱਡ ਕੇ ਭੱਜਣਾ ਕੋਈ ਨਹੀਂ ਹੈ, ਜੰਗ ਦੇ ਸੂਰਮੇ ਲੜਦੇ ਹਨ। ਦਰਸ਼ਨ ਕਰਕੇ ਮੇਰੇ ਮਨ ਵਿੱਚ ਬੜੀ ਸ਼ਰਧਾ ਪੈਦਾ ਹੋ ਗਈ ਹੈ, ਭਾਵਨਾ ਪੈਦਾ ਹੋ ਗਈ ਹੈ, ਹੁਣ ਤੇ ਮੈਂ ਪਿੱਛੇ ਨਹੀਂ ਹਟਾਂਗਾ, ਮੈਂ ਤੇ ਕਦੇ ਵੀ ਮਹਾਰਾਜ ਦਾ ਸੰਗ ਸਾਥ ਛੱਡਣਾ ਨਹੀਂ ਹੈ। Oh, uh-huh.